ਆਖਰੀ ਪ੍ਰਾਤ ਤੱਕ ਜਾਏ ਕੈਸੀ ਹੋ ਠੀਕ ਹੋ ਜ਼ੋਰ ਲਾਓ ਜ਼ੋਰ ਓਏ ਕਦੀ ਆਪ ਵੀ ਲਾਓ ਸਾਡੇ ਫਿਫਰੇ ਪਾਟਣ ਵਾਲੇ ਹੋ ਗਏ ਨੇ ਕੈਸੀ ਹੋ ਠੀਕ ਹੋ ਆਈ ਆਵਾਜ਼ ਚੱਲ ਥੱਲੇ ਉਤਰ ਕੇ ਉਹਨਾਂ ਤੱਕ ਬੋਲ ਗਿਆ ਸ਼ਾਦੀ ਹੋਈ ਤੇਰੀ ਹੋ ਗਈ ਹਾਂ ਤਦੇ ਤੈਨੂੰ ਲਗੜ ਬੱਗੀ ਜੀ ਬਣਾ ਤਾ ਚਗਲ ਨਾ ਮਾਰ ਪਾਗਲ ਸੀ ਹੋ ਇਧਰ ਆਓ ਜਾਓ ਹਾਂ ਹਾਂ ਮੂੰਹ ਹੀ ਅਦਾਲਤ ਤੇ ਥੌੜੇ ਰ ਗਏ ਅੱਛਾ ਇਹੋ ਜਿਹੀਆਂ ਔਰਤਾਂ ਸਟੇਸ਼ਨ ਤੇ ਬੰਬ ਰੱਖ ਕੇ ਕੋਲ ਬਹਿ ਕੇ ਕਹਿੰਦੀਆਂ ਅੱਜ ਚੰਨ ਸੀ ਤੇ ਮਰ ਜਾ ਸਾ ਇਹ ਵੀ ਬੰਬ ਰੱਖਣ ਗਿਆ ਇਹ ਬੰਬ ਰੱਖ ਕੇ ਘੰਟਾ ਬੈਠਾ ਰਿਹਾ ਅਖੀਰ ਪਿਛਲਾ ਬੰਦਾ ਕਹਿੰਦਾ ਭਾਈ ਜਾਨ ਤੁਸੀਂ ਮੇਰੇ ਬੰਬ ਤੇ ਬਹਿ ਗਏ ਹੋ ਤੂੰ ਜਾਨ ਕਿਹਨੂੰ ਦੇਣੀ ਜਾਨ ਅੱਲਾ ਨੂੰ ਨਿੱਕੀ ਭੈਣ ਮੈਨੂੰ ਦੇਣੀ ਤੂੰ ਚਗਲ ਜਾ ਆਪ ਕੈਸੀ ਹੋ ਇਹ ਕੁੜੀਆਂ ਚੰਗੀਆਂ ਨੇ ਇਹ ਤਾਂ ਭੈਣੋ ਹਾਂ ਇਹ ਤਾਂ ਭੈਣੋ ਕੈਸੀ ਹੋ ਅੱਛਾ ਇਹ ਨਹੀਂ ਔਰਤਾਂ ਪਾਕਿਸਤਾਨੀ ਪੁਰਾਣੀਆਂ ਫਿਲਮਾਂ 'ਚ ਕੰਮ ਕਰਦੀਆਂ ਅੱਗੇ ਅੱਗੇ ਹੀਰੋਇਨ ਗਾਣਾ ਕਰਦੀਆਂ ਪਿੱਛੇ ਇਹਨਾਂ ਵਰਗੀਆਂ ਕਰਦੀਆਂ ਆਹੋ ਨਹੀਂ ਆਹੋ ਬੰਦਾ ਪੁੱਛਿਓ ਹੀਰੋਇਨ ਉਹਨੇ 6 ਲੱਖ ਲਿਆ 250 ਸੌ 'ਚ ਪਾਗਲ ਹੋਈਆਂ ਆਹੋ ਨਹੀਂ ਆਹੋ ਬਸ ਬਹੁਤ ਹੋ ਗਿਆ ਨਾਓ ਆਈ ਵਿਲ ਟੈਲ ਯੂ ਹੂ ਐਮ ਆਈ ਮੈਂ ਇੱਕ ਪਾਇਲਟ ਹੂੰ ਬੇਟਾ ਗੱਲ ਤਾਂ ਤੇਰੀ ਠੀਕ ਆ ਮੂੰਹ ਤੇਰਾ ਪਹਿਲੇ ਹੀ ਜਹਾਜ਼ ਵਰਗਾ ਏ ਜਹਾਜ਼ ਕਿੱਥੇ ਚਲਾਉਣਾ ਜਾਂਦਾ ਕਿੱਥੇ ਤੇ ਇਹ ਜਾਂਦਾ ਕਿੱਥੇ ਇਹ ਤੂੰ ਇੱਕ ਵਾਰੀ ਬਹਿ ਫੇਰ ਵੇਖ ਜਾਂਦਾ ਇਧਰ ਨੂੰ ਨਿਕਲ ਜਾਏਗਾ ਇਧਰ ਨੂੰ ਅੱਛਾ ਤੇ ਉਹ ਤੇਰਾ ਜਹਾਜ਼ ਹੈ ਹਾਂ ਕੋਈ ਐਸੀ ਗੱਲ ਨਹੀਂ ਸੈੱਟ ਹੋ ਜਾਸੀ ਆਪ ਕੈਸੀ ਹਾਂ 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 ਇਹ ਕੈਪ ਬਹੁਤ ਅੱਛੇ ਚਾਈਨਾ ਕਿੰਨੀ ਤਰੱਕੀ ਕਰ ਗਏ ਯਾਰ ਚਾਈਨਾ ਕੈਪ ਹਾਂ ਤੂੰ ਪਹਿਨਾਓ ਯਾਰ ਕੈਪ ਇਸਕੋ ਨਹੀਂ ਪਹਿਨਾ ਨਹੀਂ ਆਤੀ ਇਹ ਦੇਖ ਇਹ ਦੇਖੋ ਥੈਂਕ ਯੂ ਅੱਛੀ ਲੱਗੀ ਥੈਂਕ ਯੂ ਟੋਪੀ ਕਿੰਨੇ ਪਾਈ ਤੂੰ ਰਾਤੀ ਮੰਨੇ ਹੀ ਨਾ ਬਦਤਮੀਜ਼ੀ ਕੀ ਤੁਮਨੇ ਹਮਸੇ ਕਿੰਨੇ ਪਾਇਲਟ ਕੇ ਸਾਥ ਯੇ ਮੇਰੀ ਜ਼ੌਜਾ ਮਾਜਦਾ ਯੇ ਮੇਰੀ ਸਾਲੀ ਔਰ ਕੋ ਪਤਾ ਤੁਮੇ ਯੇ ਸਾਲੀ ਮੈਨੇ ਕਿਉਂ ਰੱਖੀ ਹੈ ਕਿਉਂ ਅਕਸਰ ਇਹ ਮੇਰੇ ਨਾਲ ਲੜ ਪੈਂਦੀ ਮੂੰਹ ਨਹੀਂ ਲਾਉਂਦੀ ਇਹ ਕੰਮ ਆਉਂਦੀ ਮੇਰੇ ਇਹ ਕਈ ਦਿਨ ਘਰ ਨਹੀਂ ਹੁੰਦੀ ਸੁੱਟ ਹੱਥ ਹਾਂ ਸਾਡੇ ਕੋ ਹੁੰਦੀ ਏ ਦਰ ਦਰ ਯਾਰ ਅਸੀਂ ਉਹਦੇ ਰਿਸ਼ਤੇਦਾਰ ਨਹੀਂ ਓਕੇ ਆਪ ਕੈਸੀ ਹੋ ਠੀਕ ਆ ਆਪਣਾ ਕੀ ਬਾਤ ਹੈ ਉਹ ਕਿਸੇ ਹੋਰ ਕੰਪਨੀ ਅਜੈਸ ਕੰਪਨੀ 'ਚ ਲੱਗ ਜਾ ਵਾਹ ਕੀ ਕਰਾਈ ਲੋਕੀ ਆਪਣੇ ਮੋਬਾਈਲ ਤੇ 1 2 3 ਮਿਲਾਨ ਤੇਰੀ ਸਾਹਮਣੇ ਤਸਵੀਰ ਆਏਗੀ ਤੁਸੀਂ ਉੱਤੇ ਆ ਕੇ ਕਹਿਣਾ ਪੈਲੇਸ ਕੇ ਬਾਰੇ ਮੇਂ ਜਾਨਣੇ ਕੇ ਲੀਏ 1 ਮਿਲਾਨ ਜ਼ਰੀਆ ਵਾਚਰ ਆਪਣਾ ਕਾਰਡ ਰੀਚਾਰਜ ਕਰਵਾਣੇ ਕੇ ਲੀਏ 2 ਮਿਲਾਨ ਸਰਵਿਸ ਸੈਂਟਰ ਕੇ ਲੀਏ ਲੜਕੀ ਕੇ 22 ਸਰੇ ਚੁਕਰੇ ਹਾਂ ਭਾਈ ਬਾਤ ਇਹ ਕਰ ਕਰ ਆਈ ਐਮ ਗੋਇੰਗ ਟੂ ਫਲਾਈ ਕਮ ਵਿਦ ਮੀ ਯਾਰ 1 ਮਿੰਟ ਠਹਿਰ ਤਾਂ ਸਹੀ ਤੈਨੂੰ ਆ ਬੋਰ ਹੋ ਰਹੀ ਹੋ ਤਾਂ ਤਲਾਕ ਦੇ ਦੂੰ ਕਿਸ ਕੋ ਵੈਸੇ ਕੀ ਹੈ ਅੱਛਾ ਚਲਾ ਗਿਆ ਜੀ ਮੈਡਮ ਹਾਂ मैडम ਤੁਹਾਨੂੰ ਕਰਾ ਦਿਆਂਗਾ ਮੈਂ ਇਨਸ਼ਾਅੱਲਾ ਕਬ ਦੇ ਰਹੇ ਤੁਮਨੇ ਕਿਤਨਾ ਮੈਂ ਆਪਕੋ ਦੇ ਦੂੰਗਾ ਦੋ ਮੇਰੇ ਯਾਰ ਅਰੇ ਇਹ ਕੌਣ ਹੈ ਸਭ ਮੈਂ ਤੇਰਾ ਦੋਸਤ ਯਾਰ ਤੇਰੇ ਬਚਪਨ ਦਾ ਯਾਰ ਓ ਯਾਰ ਯਾਰਾਂ ਦੀਆਂ ਬਾਹਾਂ ਹੁੰਦੀਆਂ ਨੇ ਥੈਂਕ ਯੂ ਹਾਂ ਚਾਹੀਦੀ ਹੋਏ ਤਾਂ ਦੱਸੀ ਮੈਂ ਵੇ ਤੂੰ ਦੋਸਤ ਹੈ ਮੇਰਾ ਤੇ ਮੈਂ ਗੱਲ ਸੁਣ ਹੈ ਤੈਨੂੰ ਪਤਾ ਮੈਂ ਛੱਡਣ ਕੋਲ ਆਇਆ ਕੌਣ ਛੱਡਣ ਆਇਆ ਉਹ ਜਿਹੜੀ ਮੇਰੇ ਕਾਲਜ ਲੜਕੀ ਨਹੀਂ ਪੜਦੀ ਉਹ ਜਿੰਦਾ ਜ਼ਿਕਰ ਕਰਨਾ ਸੀ ਉਹ ਜਿੰਦਾ ਪਿਓ ਕਰੋੜਪਤੀ ਆਦਮੀ ਹੈ ਅੱਛਾ ਉਹ ਮੈਂ ਛੱਡਣ ਆਇਆ ਤੇ ਗੱਲ ਸੁਣ ਮੈਂ ਉਹਨੂੰ ਇਹ ਕਹਿ ਕੇ ਮੇਰਾ ਘਰ ਹੈ ਤੇ ਤੂੰ ਮੇਰਾ ਮੁਲਾਜ਼ਮ ਹੈ ਅੱਛਾ ਉਹਨੂੰ ਇਹ ਦੱਸ ਬੈਠਾ ਕਿ ਇਹ ਘਰ ਤੇਰਾ ਹੈ ਹਾਂ ਤੇ ਐਡਾ ਵੱਡਾ ਫਲੈਟ ਅੱਛਾ ਯਾਨੀ ਇਹਦੇ ਰੱਖ ਲੈ ਤੇਰੀ ਮਿਹਰਬਾਨੀ ਹੈ ਤੇ ਉਹਨੂੰ ਕੀ ਦੱਸਿਆ ਤੇਰੇ ਕੋਲ ਬੜੇ ਪੈਸੇ ਨੇ ਬਹੁਤ ਪੈਸੇ ਨੇ ਤੂੰ ਬੇਫਿਕਰ ਹੋ ਜਾ ਦੋਸਤਾ ਹਾਂ ਤੇ ਉਹ ਆਏਗੀ ਨਾ ਤੇ ਉਹਨੂੰ ਮੇਰਾ ਵੀ ਤਾਰਫ ਕਰਾਈ ਕਈ ਅਸੀਂ ਸਿੱਖ ਹੁੰਦੇ ਆ ਬਗਨਗਰ ਤੇ ਮੈਡਮ ਕੀ ਕਹਿ ਰਹੇ ਨੇ ਮੈਡਮ ਕਿਰਾਇਆ ਮੰਗ ਰਹੇ ਨੇ ਤੇਰੇ ਕੋਲੋਂ ਵੀ ਮੇਰੇ ਕੋਲੋਂ ਵੀ ਤੇ ਸਾਰਿਆਂ ਕੋਲੋਂ ਹੀ ਮੈਡਮ ਨਾਲ ਤਾਂ ਬਾਅਦ ਚ ਮੈਨੇਜ ਕਰਾਂਗਾ ਤੇ ਮੈਂ ਬੁਲਾ ਲਵਾਂਗਾ ਤੁਸੀਂ ਬੇਫਿਕਰ ਹੋ ਜਾਓ ਮੈਡਮ ਆਪਨੇ ਦੋਸਤ ਹੈ ਹਾਂ ਇੱਕ ਕਲਾਸ ਫੈਲੋ ਹਾਂ ਉਹ ਥੋੜੀ ਜਿਹੀ ਇਹਨਾਂ ਨੇ ਲਿਖਾਈ ਪੜ੍ਹਾਈ ਕਰਨੀ ਇਹਨਾਂ ਨੂੰ ਟਾਈਮ ਦੇਣਾ ਤੇ ਪਾਣੀ ਨਹੀਂ ਆ ਰਿਹਾ ਬੁਲਾ ਬੁਲਾਓ ਨਾ ਬੁਲਾਓ ਜਾਨੂ ਆ ਜਾਓ ਤੇ ਮੱਲੇ ਚ ਕੋ ਬੰਦਾ ਵਾਕਫ ਨਾ ਵੀ ਹੋਵੇ ਨੇ ਇਹੋ ਜੀ ਔਰ ਤੁਰੇ ਜਾਂਦੇ ਵੀ ਬੰਦੇ ਨੂੰ ਗੱਲ ਕਰ ਜਾਂਦੀ ਸਦੀਕ ਮਰ ਗਿਆ 11 ਵਜੇ ਜਨਾਜ਼ਾ ਬੜੀ ਹਾਂ ਟੱਕਾ ਪਹਿਲਾ ਪੈਰ ਫੁੱਟਦਾ ਅੱਗੋਂ ਕੰਧ 'ਚ ਜਾ ਵੱਜਦਾ
ਪਾਗਾ ਵੇਚ ਦੇਈ ਲੰਮੀ ਗੱਲ ਲੰਮੀ ਯਾਰ ਠੀਕ ਹੈ ਤੈਨੂੰ ਹੀ ਦੇ ਹੱਥਾਂ ਜੱਤ ਪਾ ਹਾਂ ਇਹਨੂੰ ਕਹ ਜਾਨੂ 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 ਐ ਮੈਨੂੰ ਪਿਛਲੇ ਤੋਂ ਬਚਾ ਪਿਛਲੇ ਸੌਰੀ ਹੱਥਾਂ ਜੱਤ ਪਾ ਅਗਰ ਤੁਸੀਂ ਬੋਰ ਹੋ ਰਹੇ ਹੋ ਤਾਂ ਘੈਂਟਾ ਕੱਖ ਲਾ ਲਓ ਮੈਨੇ ਤਾਂ ਨਹੀਂ ਸੌਣਾ ਤੂੰ ਸੌ ਜਾ ਆ ਜਾ ਆਪਾਂ ਕਿਰਾਇਆ ਦੇਵਾਂਗੇ ਕੋ ਜਾਨੂ ਜਾਨੂ ਮੈਂ ਤੇਰੇ ਨਾਲ ਬੜਾ ਪਿਆਰ ਕਰਨਾ ਮੈਂ ਤੇਰੇ ਨਾਲ ਬੜਾ ਮੈਂ ਤੇਰੀ ਖਾਤਰ ਕੁਝ ਵੀ ਕਰ ਸਕਦਾ ਮੈਂ ਤੇਰੀ ਖਾਤਰ ਕੁਝ ਵੀ ਕਰ ਸਕਦਾ ਮੈਂ ਤੇਰੀ ਖਾਤਰ ਆਪਣੀ ਦਾਦੀ ਤੇ ਪੈਸੇ ਕਰ ਸਕਦਾ ਮੈਂ ਤੇਰੀ ਖਾਤਰ ਆਪਣੀ ਦਾਦੀ ਤੇ ਪੈਸੇ ਕਰ ਸਕਦਾ ਮੈਨੂੰ ਪਤਾ ਕਿੱਥੇ ਰੱਖਦੀ ਮੈਂ ਮੈਨੂੰ ਪਤਾ ਕਿੱਥੇ ਰੱਖਦੀ ਹੈ ਹਾਂ ਤੂੰ ਵੀ ਉੱਥੇ ਰੱਖਦੀ ਤੂੰ ਵੀ ਉੱਥੇ ਰੱਖਦੀ ਇਹਦਾ 300 ਕੱਟ ਦੇ 150 ਕਰੀਏ ਕੀ ਹੋ ਗਿਆ ਯਾਰ ਤੈਨੂੰ ਮੈਡਮ ਜੀ ਤੁਹਾਡੀ ਸ਼ਾਦੀ ਹੋਈ ਨਹੀਂ ਮੇਰੀ ਵੀ ਨਹੀਂ ਹੋਈ ਆਹ